एक जोड़ा आ जिन्हें प्रेमी जोड़ा मैं कह सकता भी जिन्होंने अपना ढिड भी पालना आ अपने बच्चे भी पढ़ाना आ पर किसी तरीके अज की अत की जिहड़ी है महंगाई दे विच इह सरवाइव कर रहे हैं गुजारा कर रहे हैं परिवार के बिच भी मैं आ मेरा ब्रदर आ मेरी सिस्टर आ मदर भी ने फादर साहब की डैथ हो चुकी है तो जाने के कोई नहीं मदद करता हेल्प ले कोई नहीं है भैन भाई सारे ने है सारे पर मदद कोई नहीं करता है ਕਦੇ ਐਂ ਨਹੀਂ ਹੁੰਦਾ ਵੀ ਰੱਬ ਨਾਲ ਰੋਸਾ ਨਹੀਂ ਹੈਗਾ ਵੀ ਸਾਨੂੰ ਐਂ ਕਿਉਂ ਰੱਖਿਆ ਵੀ ਅਸੀਂ ਵੀ ਸ਼ਾਇਦ ਹੋਰ ਵਾਂਗ ਕਰ ਸਕਦੇ ਸੀ ਜਿਹੜੇ ਨੇੜੇ ਤੇੜੇ ਥੋੜ੍ਹੇ ਜਿਹੜੇ ਮੈਂ ਕਹਿੰਦਾ ਨੇ ਪੜੋਸੀ ਨੇ ਗਵਾਂਢ ਨੇ ਉਹ ਨਹੀਂ ਕੋਈ ਮਦਦ ਕਰਦੇ ਨਹੀਂ ਨਹੀਂ ਬੀਬੀ ਕੋਈ ਨਹੀਂ ਹੈਗਾ ਉਹ ਤਾਂ ਬੁਲਾਉਂਦੇ ਵੀ ਨਹੀਂ ਹੈਗੇ ਬੁਲਾਉਂਦੇ ਵੀ ਨਹੀਂ ਹੈਗੇ ਨਹੀਂ ਬੀਬੀ ਉਹ ਕਿਉਂ ਵੈਸੇ ਅਗਲੇ ਨੂੰ ਆਏ ਹੁੰਦਾ ਵੀਰੇ ਵੀ ਕੁਛ ਮੰਗਦਾ ਲੈ रब तो मैं कुछ नहीं है भी सिर्फ है भी मैं कुछ कर नहीं सकता इन्होंने भी अपनी जिंदगी कोशिश आ भी हाँ भी कुछ कुछ ना कुछ करने की कर रहे हैं हिम्मत कर रहे हैं भैने तुहाडे रिश्तेदार वालों नहीं कोई आया बिल्कुल नहीं कोई नहीं आता है कोई ना मम्मी ना पापा कोई नहीं आता है मेरी दुकान से 7 महीने हो गए वो देखने नहीं आए हैं भाई है तीन वो भी नहीं कदे आते ਉਹਨਾਂ ਸਮਾਜ ਦੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਈਏ ਆਪਾਂ ਹੋਰ ਬਹੁਤ ਚੀਜ਼ਾਂ ਨੂੰ ਸਾਹਮਣੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੰਦੇ ਹਾਂ ਯਾਰ ਜਿਨ੍ਹਾਂ ਨੂੰ ਅਸਲ ਦੇ ਵਿੱਚ ਲੋੜ ਹੈ ਨਾ ਉਹਨਾਂ ਨੂੰ ਵਾਇਰਲ ਕਰਿਆ ਕਰੋ ਸੋਸ਼ਲ ਮੀਡੀਆ ਇੱਕ ਐਸੀ ਪਾਵਰ ਹੈ ਜੇ ਆਈ ਤਾਂ ਆ ਜੇ ਤਾਂ ਤਾਕਤਾਂ ਬਲ ਬਣਦੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਅਤੇ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅਕਸਰ ਇਸ ਚੈਨਲ ਯਾਨੀ ਕਿ ਪੰਜਾਬ ਨਿਊਜ਼ 'ਤੇ ਤੁਹਾਨੂੰ ਕਈ ਐਸੀਆਂ ਰੂਹਾਂ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਜਜ਼ਬਾ ਆਉਂਦਾ ਜ਼ਿੰਦਗੀ 'ਚ ਜਿਉਣ ਦਾ ਢੇਰੀ ਢਾ ਲੈਂਦੇ ਹਾਂ ਕਈ ਵਾਰ ਆਪਾਂ ਕਿ ਯਾਰ ਸ਼ਾਇਦ ਮਨਾ ਹੁਣ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਬਚਿਆ ਕਰਨ ਨੂੰ ਕਈ ਵਾਰ ਆਪਾਂ ਨੂੰ ਆਪਣੀਆਂ ਔਕੜਾਂ ਇੰਨੀਆਂ ਕੁ ਜ਼ਿਆਦਾ ਵੱਡੀਆਂ ਲੱਗਦੀਆਂ ਨੇ ਵੀ ਆਪਾਂ ਢੇਰੀ ਢਾ ਲੈਂਦੇ ਹਾਂ ਰੱਬ ਨੂੰ ਮਾੜਾ ਕਹਿਣ ਲੱਗ ਜਾਂਦੇ ਵੀ ਰੱਬਾ ਤੂੰ ਸਾਨੂੰ ਇੱਦਾਂ ਕਿਉਂ ਕੀਤਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਕਿਉਂ ਲਿਆਂਦੀਆਂ ਪਰ ਜਦ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ ਪਰ ਜਦ ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਨਾ ਫਿਰ ਕਾਫੀ ਚੀਜ਼ਾਂ ਐਂ ਲੱਗਦੀਆਂ ਨੇ ਕਿ ਨਹੀਂ ਯਾਰ ਵੀ ਸਾਡੀ ਤਾਂ ਪਰੇਸ਼ਾਨੀ ਪਰੇਸ਼ਾਨੀ ਹੀ ਨਹੀਂ ਹੈਗੀ ਅਕਸਰ ਇਸ ਚੈਨਲ 'ਤੇ ਤੁਹਾਨੂੰ ਉਹਨਾਂ ਲੋਕਾਂ ਨਾਲ ਮਿਲਾਉਂਦੇ ਹਾਂ ਜਿਹੜੇ ਅਸਲ ਦੇ ਵਿੱਚ ਜ਼ਰੂਰਤ ਯਾਨੀ ਕਿ ਜ਼ਰੂਰਤਮੰਦ ਨੇ ਲੋੜ ਰੱਖਦੇ ਨੇ ਕਿਸੇ ਚੀਜ਼ ਦੀ ਪਰ ਕਦੇ ਕਿਸੇ ਤੋਂ ਮੰਗਦੇ ਨਹੀਂ ਮੰਗ ਕੇ ਨਹੀਂ ਖਾਂਦੇ ਅੱਜ ਸ਼ਹਿਰ ਖੰਨੇ ਦੇ ਵਿੱਚ ਆਏ ਹਾਂ ਇੱਕ ਐਸੇ ਮੈਂ ਕਹਿ ਸਕਦਾ ਕਪਲ ਨਾਲ ਮਿਲਾਊਂਗਾ ਜਿਸ ਨੇ ਇੰਨੀ ਕੁ ਹਿੰਮਤ ਰੱਖੀ ਹੈ ਕਿ ਅੱਜ ਵੀ ਇੰਨੀਆਂ ਔਕੜਾਂ ਆਉਣ ਤੋਂ ਬਾਅਦ ਵੀ ਕਿਸੇ ਤਰੀਕੇ ਦੇ ਨਾਲ ਅੱਜ ਦੇ ਸਮਾਜ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਇੱਕ ਛੋਟੀ ਜਿਹੀ ਦੁਕਾਨ ਹੈ ਖੰਨਾ ਸ਼ਹਿਰ ਦੇ ਵਿੱਚ ਬੈਠੇ ਹੈ ਇੱਕ ਛੋਟੀ ਜਿਹੀ ਦੁਕਾਨ ਹੈ ਛੋਟੇ ਖੰਨੇ ਦੇ ਕੋਲ ਬਿਲਕੁਲ ਨਜ਼ਦੀਕ ਦੁਕਾਨ ਪੈਂਦੀ ਹੈ ਇਹ ਉਹੀ ਰੋਡ ਪੈਂਦਾ ਉਸੇ ਰੋਡ ਦੇ ਵਿੱਚ ਬੈਠੇ ਹਾਂ ਉਹ ਦੁਕਾਨ ਦੇ ਵਿੱਚ ਬੈਠੇ ਹਾਂ ਮੈਂ ਸਭ ਤੋਂ ਪਹਿਲਾਂ ਕੈਮਰਾਮੈਨ ਕਹੂੰਗੀ ਸਾਈਡ 'ਤੇ ਇੱਕ ਵਾਰ ਦਿਖਾਉਣ ਸਾਰੀ ਚੀਜ਼ਾਂ ਦਿਖਾਉਣ ਕਿ ਦੁਕਾਨ ਦਾ ਕੀ ਹਾਲ ਹੈ ਕਿੰਨਾ ਕੁ ਸਮਾਨ ਪਿਆ ਆ ਤੁਸੀਂ ਦੇਖੋ ਥੋੜ੍ਹਾ ਬਹੁਤ ਮੈਂ ਜ਼ਿਆਦਾ ਨਹੀਂ ਕਹੂੰਗਾ ਬਿਲਕੁਲ ਥੋੜ੍ਹਾ ਬਹੁਤ ਗੁਜ਼ਾਰੇ ਜਿੰਨੇ ਬਸ ਥੋੜ੍ਹੇ ਜਿਹੇ ਕੁਛ ਰਸ ਪਏ ਨੇ ਖਾਣ ਦਾ ਜਿਹੜਾ ਸਮਾਨ ਪਿਆ ਟੌਫੀਆਂ ਨੇ ਉੱਪਰ ਕੁਛ ਛੋਟੇ ਬੱਚਿਆਂ ਦੇ ਜਿਹੜੇ ਲੇਜ਼ ਵਗੈਰਾ ਕੁਰਕਰੇ ਵਗੈਰਾ ਹੁੰਦੇ ਨੇ ਉਹ ਪਏ ਨੇ ਕੁਛ ਜ਼ਿਆਦਾ ਵੱਡਾ ਮੈਂ ਇਹ ਨਹੀਂ ਕਹਿ ਸਕਦਾ ਵੀ ਕਰਿਆਨੇ ਦੀ ਸਟੋਰ ਹੈ ਕਰਿਆਨਾ ਸਟੋਰ ਨਹੀਂ ਕਹਿ ਸਕਦਾ ਪਰ ਹਾਂ ਹਲਕਾ ਫੁਲਕਾ ਜਿਹੜੀ ਚੀਜ਼ ਆ ਉਹ ਇੱਥੋਂ ਮਿਲ ਜਾਂਦੀ ਹੈ ਛੋਟੇ ਬੱਚਿਆਂ ਵਾਸਤੇ ਜੇ ਕਿਸੇ ਨੇ ਟੌਫੀਆਂ ਲੈਣੀਆਂ ਹੋਣ ਕਿਸੇ ਨੇ ਰਸ ਲੈਣੇ ਹੋਣ ਛੋਟੇ ਬਿਸਕੁਟ ਪਏ ਨੇ ਥੋੜ੍ਹੇ ਬਹੁਤ ਉਹ ਸਾਰੀ ਚੀਜ਼ਾਂ ਦਾ ਸਮਾਨ ਹੈ ਅੱਜ ਮੈਂ ਜਿਹੜੇ ਜੋੜੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਜਿਹੜੀ ਕਪਲ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਉਹਨਾਂ ਨੂੰ ਜਦ ਦੇਖਦਾ ਹੁੰਦਾ ਸੀ ਮੈਂ ਇੱਥੋਂ ਅਕਸਰ ਨਿਕਲਦਾ ਸੀਗਾ ਮੈਂ ਵੀ ਖੰਨੇ ਦਾ ਵਸਨੀਕ ਆ ਪਰ ਇੱਥੋਂ ਜਦ ਨਿਕਲਦਾ ਹੁੰਦਾ ਸੀ ਉਹਨੂੰ ਅਕਸਰ ਦੇਖਦਾ ਹੁੰਦਾ ਸੀ ਕਈ ਵਾਰ ਮੁਲਾਕਾਤ ਵੀ ਹੋਈ ਆ ਪਰ ਅੱਜ ਸਬੱਬ ਮਿਲਿਆ ਤੁਹਾਨੂੰ ਉਹਨਾਂ ਦੀ ਸਟੋਰੀ ਸੁਣਾਊਂਗਾ ਸ਼ਾਇਦ ਤੁਸੀਂ ਵੀ ਉਹਨਾਂ ਦੀ ਸਟੋਰੀ ਸੁਣ ਕੇ ਕਿਤੇ ਨਾ ਕਿਤੇ ਪਿਘਲੋਂਗੇ ਕਿਹੜੇ ਦਰ 'ਚੋਂ ਨਿਕਲ ਰਹੇ ਨੇ ਕਿਵੇਂ ਆਪਣਾ ਗੁਜ਼ਾਰਾ ਕਰ ਰਹੇ ਨੇ ਇਸ ਟਾਈਮ ਦੇ ਵਿੱਚ ਅੱਜ ਤਾਂ ਲੋਕਾਂ ਕੋਲ ਇੰਨਾ ਕੁ ਪੈਸਾ ਆ ਚੁੱਕਾ ਆ ਕਿ ਆਪਾਂ ਇਨਵੈਸਟ ਕਰਨ ਤੋਂ ਬਾਅਦ ਸੋਚਦੇ ਹਾਂ ਪੈਸਾ ਲਾ ਤਾਂ ਫਿਰ ਕਹਿੰਦੇ ਵੀ ਹੁਣ ਇੰਨਾ ਪੈਸਾ ਬਚ ਗਿਆ ਹੁਣ ਇਹ ਕਿੱਥੇ ਲਾਈਏ ਪਰ ਇਹ ਇੱਕ ਜੋੜਾ ਆ ਵੀ ਜਿਹਨੇ ਪ੍ਰੇਮੀ ਜੋੜਾ ਮੈਂ ਕਹਿ ਸਕਦਾ ਵੀ ਜਿਨ੍ਹਾਂ ਨੇ ਆਪਣਾ ਢਿੱਡ ਵੀ ਪਾਲਣਾ ਆ ਆਪਣੇ ਬੱਚੇ ਨੂੰ ਵੀ ਪੜ੍ਹਾਉਣਾ ਆ ਪਰ ਕਿਸੇ ਤਰੀਕੇ ਦੇ ਨਾਲ ਅੱਜ ਦੀ ਅੱਤ ਦੀ ਜਿਹੜੀ ਹੈ ਮਹਿੰਗਾਈ ਦੇ ਵਿੱਚ ਇਹ
ਸਰਵਾਈਵ ਕਰ ਰਹੇ ਨੇ, ਗੁਜ਼ਾਰਾ ਕਰ ਰਹੇ ਨੇ ਮੇਰੇ ਨਾਲ ਬਾਈ ਨੇ। ਵੀਰੇ ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਆਪਣਾ? ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂ ਸੁਰਿੰਦਰ ਸਿੰਘ ਜੀ, ਕਿੰਨਾ ਕਿੰਨਾ ਟਾਈਮ ਹੋ ਗਿਆ ਵੀਰੇ ਖੰਨੇ ਸ਼ਹਿਰ ਦੇ ਵਿੱਚ ਰਹਿੰਦੇ ਨੂੰ ਤੁਹਾਨੂੰ? ਸਾਨੂੰ ਤਕਰੀਬਨ 12-13 ਸਾਲ ਹੋ ਗਏ ਵੀਰੇ। 12-13 ਸਾਲ? ਹਾਂਜੀ। ਅੱਛਾ, ਇੱਥੇ ਫਿਰ ਤੁਸੀਂ ਰਹਿੰਦੇ ਕਿੱਥੇ ਹੋ, ਕਿੱਥੇ ਘਰ ਕਿੱਥੇ ਆਪਣਾ? ਘਰ ਵੀਰੇ ਕੋਲੇ ਆ, ਕਿਰਾਏ 'ਤੇ ਰਹਿੰਦੇ ਹਾਂ। ਕਿਰਾਏ 'ਤੇ? ਹਾਂਜੀ। ਕਿਰਾਏ ਸ਼ੁਰੂ ਤੋਂ ਮਤਲਬ ਕਿ 12 ਸਾਲ ਤੋਂ ਕਿਰਾਏ 'ਤੇ ਹੀ ਰਹਿ ਰਹੇ ਹੋ? ਹਾਂਜੀ, ਸ਼ੁਰੂ ਤੋਂ ਕਿਰਾਏ 'ਤੇ ਹੀ ਰਹਿ ਰਹੇ ਹਾਂ। ਕਿੰਨਾ ਘਰ ਦਾ ਕਿਰਾਇਆ ਕਿੰਨਾ ਵੀਰੇ? ਉਹਦਾ 3000 ਹੈ ਵੀਰੇ। 3000 ਘਰ? ਹਾਂਜੀ ਹਾਂਜੀ। ਅੱਛਾ, ਅਤੇ ਇਸ ਤੋਂ ਪਹਿਲਾਂ ਕਿੱਥੇ ਰਹਿੰਦੇ ਸੀਗੇ ਵੀਰੇ ਤੁਸੀਂ? ਮਤਲਬ ਕਿ 12 ਸਾਲ ਤੁਹਾਨੂੰ ਇੱਥੇ ਖੰਨੇ ਦੇ ਵਿੱਚ ਰਹਿੰਦੇ ਨੂੰ ਹੋ ਗਏ, ਇਸ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ? ਇਸ ਤੋਂ ਪਹਿਲਾਂ ਮਲੇਰਕੋਟਲਾ ਰੋਡ 'ਤੇ ਬਦਲ ਬਦਲ ਕੇ ਰਹਿੰਦੇ ਨੇ, ਮੀਨ ਵੀ ਖੰਨੇ ਸ਼ਹਿਰ ਦੇ ਵਿੱਚ ਕਿਰਾਏ 'ਤੇ ਹੀ ਰਹਿੰਦੇ ਸੀਗੇ। ਅੱਛਾ, ਨਹੀਂ ਖੰਨੇ ਤੋਂ ਪਹਿਲਾਂ ਕਿੱਥੇ ਰਹਿੰਦੇ ਸੀਗੇ? ਉਹ ਤੋਂ ਪਹਿਲਾਂ ਅੰਬਰਸਰ। ਅੰਬਰਸਰ? ਹਾਂਜੀ। ਅੰਬਰ ਪਿਛੋਕੜ ਅੰਬਰਸਰ ਆਪਣਾ, ਵੀ ਜਾਣ ਕੇ ਨਾਨਕੇ ਨੇ ਮੇਰੇ। ਅੱਛਾ, ਉੱਥੇ ਰਹਿੰਦੇ ਸੀਗੇ। ਅੱਛਾ, ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਵੀਰੇ? ਪਰਿਵਾਰ ਦੇ ਵਿੱਚ ਵੀਰੇ ਮੈਂ ਹਾਂ, ਮੇਰਾ ਬ੍ਰਦਰ ਆ, ਮੇਰੀ ਸਿਸਟਰ ਆ, ਮਦਰ ਵੀ ਨੇ, ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ, ਅਤੇ ਵੀ ਜਾਣੀ ਕਿ ਕੋਈ ਨਹੀਂ ਮਦਦ ਕਰਦਾ, ਹੈਲਪ ਲਈ ਕੋਈ ਨਹੀਂ ਹੈਗਾ। ਭੈਣ ਭਰਾ ਸਾਰੇ ਨੇ, ਹੈਗੇ ਨੇ ਸਾਰੇ, ਪਰ ਮਦਦ ਕੋਈ ਨਹੀਂ ਕਰਦਾ ਹੈਗਾ। ਜਿਹੜੇ ਦੋ ਤੁਸੀਂ ਹੋਰ ਭਰਾਵਾਂ ਦੀ ਗੱਲ ਕੀਤੀ, ਭੈਣ ਦੀ ਗੱਲ ਕੀਤੀ, ਉਹ ਠੀਕ ਨੇ? ਜਿਵੇਂ ਤੁਸੀਂ ਹੈਂਡੀਕੈਪਡ ਹੋ, ਤੁਸੀਂ ਤੁਰਨ ਦੇ ਵਿੱਚ ਪ੍ਰੋਬਲਮ ਹੈ ਤੁਹਾਨੂੰ, ਅਤੇ ਮਤਲਬ ਕਿ ਉਹ ਠੀਕ ਨੇ? ਹਾਂਜੀ, ਉਹ ਬਿਲਕੁਲ ਠੀਕ ਠਾਕ, ਫਿਜ਼ੀਕਲੀ ਫਿੱਟ ਨੇ। ਹਾਂਜੀ ਹਾਂਜੀ। ਉਹ ਉੱਦਾਂ ਕੰਮ ਕਾਰ ਕੀ ਕਰਦੇ ਨੇ ਉਹ? ਭੈਣ ਮੇਰੇ, ਉਹਦਾ ਘਰ ਵਾਲਾ ਟੈਕਸੀ ਚਲਾਉਣ ਵਾਲਾ, ਟੈਕਸੀ ਡਰਾਈਵਰ ਆ, ਅਤੇ ਬ੍ਰਦਰ ਦਾ ਭੰਗੜੇ ਦਾ ਕੰਮ ਆ। ਅੱਛਾ। ਹਾਂਜੀ। ਇੰਨੇ ਸਾਲ ਹੋ ਗਏ ਵੀਰੇ, 12 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਕਦੇ ਪਰਿਵਾਰ ਵਾਲਿਆਂ 'ਚੋਂ ਕਦੇ ਮਾਂ ਜਾਂ ਭਰਾ ਭੈਣ ਕਦੇ ਆ ਕੇ ਹਾਲ ਚਾਲ ਪੁੱਛ ਕੇ ਨਹੀਂ ਗਏ? ਨਹੀਂ ਵੀਰੇ, ਕਦੇ ਨਹੀਂ ਆਉਂਦੇ ਉਹ। 12 ਸਾਲ ਹੋ ਗਏ, ਅੱਜ ਤੱਕ ਇੱਕ ਵਾਰ ਵੀ ਨਹੀਂ ਆਏ? ਆਉਂਦੇ ਨੇ ਵੀਰੇ, ਮਿਲ ਕੇ ਚਲੇ ਜਾਂਦੇ ਨੇ, ਵੈਸੇ ਹੈਲਪ ਵਾਲੀ ਕੋਈ ਗੱਲ ਨਹੀਂ ਹੈਗੀ, ਮਿਲ ਕੇ ਜਾਂਦੇ ਨੇ। ਇੱਕ ਜਿਵੇਂ ਮੁੰਡੇ ਨੂੰ, ਇੱਕ ਜਵਾਕ ਨੂੰ ਮਿਲ ਕੇ ਚਲੇ ਗਏ, ਉੱਕਣ ਮਿਲ ਕੇ ਚਲੇ ਜਾਂਦੇ ਨੇ, ਹੈਲਪ ਵਾਲੀ ਕੋਈ ਗੱਲ, ਹੈਲਪ ਨਹੀਂ ਕੀਤੀ ਜਾਣੀ ਕਿ ਕਿਸੇ ਨੇ ਵੀ, ਮਦਦ ਨਹੀਂ। ਹਾਂ ਵੀ ਆਪਣੇ ਸਿਰ 'ਤੇ ਕਰ ਰਹੇ ਹਾਂ ਜੋ ਕੁਝ ਕਰ ਰਹੇ ਹਾਂ। ਰਿਸ਼ਤੇਦਾਰ ਵੀਰੇ ਐਂ ਕਹਿੰਦੇ ਨੇ ਆਪਣੇ ਤਾਂ ਨਾ, ਪਿੰਡਾਂ ਦੇ ਵਿੱਚ ਰਿਸ਼ਤੇਦਾਰ ਕਹਿੰਦੇ ਥੰਮ ਹੁੰਦੇ ਨੇ, ਰੀੜ੍ਹ ਦੀ ਹੱਡੀ ਹੁੰਦੇ ਨੇ, ਸਾਥ ਦਿੰਦੇ ਨੇ ਜੇ ਕਿਸੇ ਆਪਣੇ ਸ਼ਰੀਕੇ ਦੇ ਵਿੱਚ ਕਿਸੇ ਨੂੰ ਜੇ ਕੋਈ ਲੋੜਵੰਦ ਚੀਜ਼ ਹੁੰਦੀ ਆ ਨਾ, ਨਾਲ ਖੜ੍ਹਦੇ ਨੇ। ਰਿਸ਼ਤੇਦਾਰ ਨਹੀਂ ਆਏ ਤੁਹਾਡੀ ਮਦਦ ਵਾਸਤੇ ਅੱਗੇ? ਨਹੀਂ ਵੀਰੇ, ਕੋਈ ਰਿਸ਼ਤੇਦਾਰ ਨਹੀਂ ਆਇਆ, ਕੋਈ ਰਿਸ਼ਤੇਦਾਰ ਨਹੀਂ ਅੱਜ ਤੱਕ। 12 ਸਾਲ ਹੋ ਗਏ ਮੇਰੇ ਨਾਲ, ਕੋਈ ਰਿਸ਼ਤੇਦਾਰ ਨਹੀਂ ਆਇਆ ਸਾਨੂੰ। ਦੋਸਤੋ, ਗੱਲਬਾਤ ਇਸ ਕਰਕੇ ਕਰਾ ਰਹੇ ਹਾਂ ਕਿਉਂਕਿ ਲੋਕ ਹੋਰ ਵੀ ਨੇ, ਹੋਰ ਵੀ ਇੱਥੇ ਬਹੁਤ ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਜੀਂਦੇ ਨੇ, ਪਰ ਇਹਨਾਂ ਨਾਲ ਗੱਲਬਾਤ ਕਰਨ ਦਾ ਮਕਸਦ ਮੇਰਾ ਇੱਕ ਆ। ਵੀਰਾ ਵੀ ਹੈਂਡੀਕੈਪਡ ਆ, ਅਤੇ ਇੱਥੇ ਮੇਰੀ ਭੈਣ ਬੈਠੀ ਆ, ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜ੍ਹਾ ਕਲੋਜ਼ ਜ਼ਰੂਰ ਆਉਣ। ਭੈਣੇ ਕੀ ਨਾਮ ਹੈ ਆਪਣਾ? ਸਤਿ ਸ਼੍ਰੀ ਅਕਾਲ ਵੀਰ ਜੀ, ਜਸਵਿੰਦਰ। ਜਸਵਿੰਦਰ? ਹਾਂਜੀ। ਭੈਣੇ 12 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਦਿਲ ਦੇ ਵਿੱਚ ਕਦੇ ਆਏ ਨਹੀਂ ਹੁੰਦਾ ਵੀ ਰੱਬ ਨਾਲ ਰੋਸਾ ਨਹੀਂ ਹੈਗਾ ਵੀ ਵੀ ਸਾਨੂੰ ਐਂ ਕਿਉਂ ਰੱਖਿਆ, ਵੀ ਅਸੀਂ ਵੀ ਸ਼ਾਇਦ ਹੋਰ ਵਾਂਗ ਕਰ ਸਕਦੇ ਸੀ? ਰੱਬ ਨਾਲ ਵੀ ਰੋਸਾ ਨਾ ਭੈਣ, ਰੋਣਾ ਨਹੀਂ, ਮੇਰੀ ਗੱਲ ਸੁਣੋ। ਦੇਖੋ ਇਹ ਜ਼ਿੰਦਗੀ, ਮੈਂ ਕਹਿੰਦਾ ਤੁਹਾਨੂੰ ਦੇਖ ਕੇ ਮੈਨੂੰ ਨਾ ਜਜ਼ਬਾ ਆ ਗਿਆ ਜ਼ਿੰਦਗੀ ਜੀਣ ਦਾ, ਮੈਨੂੰ ਸਗੋਂ ਹਿੰਮਤ ਆ ਗਈ ਕਿ ਹਾਂ ਮੈਂ ਵੀ ਜ਼ਿੰਦਗੀ ਦੇ ਵਿੱਚ, ਕਿਉਂਕਿ ਜਿੰਨੇ ਲੋਕ ਦੇਖ ਰਹੇ ਨੇ ਨਾ ਦਰਸ਼ਕ, ਅਕਸਰ ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਨਾ, ਜ਼ਿੰਦਗੀ ਦੇ ਵਿੱਚ ਨਾ ਆਪਾਂ ਹਾਰ ਜਾਂਦੇ ਹਾਂ ਯਾਰ, ਸੋਚ ਲੈਂਦੇ ਹਾਂ ਵੀ ਯਾਰ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਇੰਨੀਆਂ ਔਕੜ ਆ ਗਈਆਂ, ਮੈਂ ਇਸ ਚੀਜ਼ ਨੂੰ ਪਾਰ ਨਹੀਂ ਕਰ ਸਕਦਾ। ਆ ਮੇਰੀ ਭੈਣ ਬੈਠੀ ਹੈ, ਤੁਸੀਂ ਹਾਲਤ ਦੇਖੋਗੇ, ਬਾਹਰ ਨਾ ਇੱਕ ਇਹਨਾਂ ਦੀ ਵੀਲ ਚੇਅਰ ਹੈ ਜਿਨ੍ਹਾਂ 'ਤੇ ਆਉਂਦੇ ਜਾਂਦੇ ਨੇ, ਬਿਲਕੁਲ ਲੈਗਸ ਜਿਹੜੀਆਂ ਨੇ ਕੰਮ ਨਹੀਂ ਕਰਦੀਆਂ, ਵੀਲ ਚੇਅਰ ਦੇ ਸਹਾਰੇ ਜਿਹੜਾ ਆ ਵੀਰਾ ਇਹਨਾਂ ਨੂੰ ਲੈ ਕੇ ਜਾਂਦਾ ਕਿਤੇ ਵੀ। ਆ ਇਹਨਾਂ ਦਾ ਬੇਟਾ ਭੈਣੇ, ਤੁਸੀਂ ਪਿੱਛੋਂ ਕਿੱਥੋਂ, ਬੇਸਿਕਲੀ ਕਿੱਥੋਂ? ਪਿੰਡ ਹਰਿਓ, ਪਿੰਡ ਤੋਂ ਵੀ। ਅੱਛਾ, ਇੱਥੇ 12 ਸਾਲ ਹੋ ਗਏ, ਜਿਹੜੇ ਨੇੜੇ ਤੇੜੇ ਤੁਹਾਡੇ ਜਿਹੜੇ ਮੈਂ ਕਹਿੰਦੇ ਨੇ ਪੜੋਸੀ ਨੇ, ਗਵਾਂਢ ਨੇ, ਉਹ ਨਹੀਂ ਕੋਈ ਮਦਦ ਕਰਦੇ? ਨਹੀਂ ਨਹੀਂ ਵੀਰ ਜੀ, ਕੋਈ ਨਹੀਂ ਹੈਗਾ, ਉਹ ਤਾਂ ਬੁਲਾਉਂਦੇ ਵੀ ਨਹੀਂ ਹੈਗੇ। ਬੁਲਾਉਂਦੇ ਵੀ ਨਹੀਂ? ਨਹੀਂ ਨਹੀਂ ਵੀਰ। ਉਹ ਕਿਉਂ? ਵੈਸੇ ਅਗਲੇ ਨੂੰ ਆਏ ਹੁੰਦਾ ਵੀਰੇ ਵੀ ਕੁਛ ਮੰਗ ਨਾ ਲੈਣ। ਬਹੁਤ ਮੇਰਾ ਵੀ ਕਈ ਵਾਰ ਮਨ ਭਰਿਆ ਆਉਂਦਾ ਹੁੰਦਾ ਐਸੀਆਂ ਚੀਜ਼ਾਂ ਦੇਖ ਕੇ। ਕਈ ਵਾਰ ਆਪਾਂ ਗੱਲਬਾਤ ਜਦ ਕਰਦੇ ਹਾਂ ਨਾ ਦੋਸਤੋ, ਕਈ ਚੀਜ਼ਾਂ ਐਸੀਆਂ ਸਾਹਮਣੇ ਆਉਂਦੀਆਂ ਨੇ ਵੀ ਜਿਹੜੀਆਂ ਸ਼ਾਇਦ ਅੱਜ ਤੱਕ ਦੇ ਸਮਾਜ ਦੇ ਸਾਹਮਣੇ ਆਈਆਂ ਨਹੀਂ ਆ। ਵੀਰੇ ਤੁਹਾਨੂੰ ਜਦ ਇਹਨਾਂ ਦਾ ਸਾਥ ਮਿਲਿਆ, ਮੈਂ ਜ਼ਰੂਰ ਕਿਉਂਕਿ ਹੁਣ ਮੈਂ ਭੈਣ ਭਾਵੁਕ ਹੈ, ਤੁਹਾਨੂੰ ਜਦ ਇਹਨਾਂ ਦਾ ਸਾਥ ਮਿਲਿਆ, ਤੁਸੀਂ ਖੁਸ਼ ਹੋ ਆਪਣੀ ਜ਼ਿੰਦਗੀ ਤੋਂ? ਖੁਸ਼ ਹੋ ਬਾਈ ਤੁਸੀਂ? ਹਾਂਜੀ ਵੀਰ ਜੀ, ਮੈਂ ਬਹੁਤ ਖੁਸ਼ ਹਾਂ ਜੀ, ਰੱਬ ਨੇ ਸਾਰਾ ਕੁਝ ਦਿੱਤਾ ਮੈਨੂੰ, ਮੇਰੀ ਵਾਈਫ ਦਿੱਤੀ, ਬੱਚਾ ਦਿੱਤਾ, ਬਹੁਤ ਖੁਸ਼ ਹਾਂ ਮੈਂ। ਰੱਬ ਤੋਂ ਮੈਨੂੰ ਕੁਛ ਨਹੀਂ ਹੈਗਾ ਵੀ, ਸਿਰਫ ਐਂ ਆ ਵੀ ਮੈਂ ਕੁਛ ਕਰ ਨਹੀਂ ਸਕਿਆ ਇਹਨਾਂ ਲਈ, ਵੀ ਆਪਣੀ ਜ਼ਿੰਦਗੀ 'ਚ ਕੋਸ਼ਿਸ਼ ਆ ਵੀ ਹਾਂ ਵੀ ਕੁਛ ਕੁਛ ਨਾ ਕੁਛ ਕਰਨ ਦੀ ਕਰ ਰਹੇ ਹਾਂ, ਹਿੰਮਤ ਕਰ ਰਹੇ ਹਾਂ। ਮੈਂ ਤੁਹਾਨੂੰ ਇੱਕ ਨਾ ਛੋਟਾ ਜਿਹਾ ਵਾਕਿਆ ਸੁਣਾਊਂਗਾ ਦਰਸ਼ਕੋ ਜ਼ਰੂਰ। ਇੱਕ ਵਾਰ ਮੀਂਹ ਪੈਂਦਾ ਸੀ ਪੂਰਾ,
साढ़े इतने बिल्कुल लागे शिव मंदिर पैंदा, शिव मंदिर के कोल ना बहुत ज़्यादा मीह पै जाता तो गारा गारा इकट्ठा हो जाता, पानी इकट्ठा हो जाता। वीरा उस समय तुर के जा रहा है, तुरन के प्रॉब्लम होंगी है वीरे, तुसी स्क्रीन पर क्लिप्स भी देख रहे होंगे। मैं ते मेरा ब्रदर असी गड्डी दे विच लागो दी निकल रहे सीगे, तो मेरे ब्रदर ने देखिया जद कि वीरा तुर नहीं ठीक पा रहा, तो असी वीरे नूं बिठाया, उदण कुछ जानने की कोशिश की सी, ते उदण तो मैनूं चिणग लगी सी कि वीरे नाल मैं गलबात जरूर करूँगा, पर कदे सबब नहीं सी बनिया। अज देखिया इत्थे रुकिया, मैं स्पैशल रुकिया कि मैं बाई नाल गलबात करके जाऊँगा। भैणे हुण इत्थे आपां कम कार की करदे, जिवें आ तां थोड़ा बहुत जिवें समान रख्या होया तुसीं, हल्का फुल्का मैं कह सकदा, ज़्यादा समान नहीं हैगा, बहुत थोड़ा समान रखा है, तो टॉफिया ने इन्हों का कि गुजारा होगा, उदा इतने काम कार की कर रहे हो? हूँ टिफिन भेज, टिफिन भेज, हाँ जी। किन्ने के लोग मंगा लेंगे ने फिर टिफिन तुहाडे तो रोज़ डेली आते जाते खाना खा लेंगे, थोड़े बहुत पाँच छः डब्बे चले जाते टिफिन। अच्छा, एक डब्बे का की रेट रखे? 40 रुपये। 40 रुपये, मतलब कि फिर तो बहुत घट ही है हिसाब ना, तो फिर एक दिन का किन्ना बन जाता? ਬੀਜੀ ਕਈ ਵਾਰੀ ਤਾਂ ਬਿਲਕੁਲ ਵੀ ਨਹੀਂ ਬਣਦਾ, ਕਈ ਵਾਰੀ 300-400 ਰੁਪਇਆ ਬਣ ਜਾਂਦਾ। ਅੱਛਾ, ਹਾਂਜੀ ਹਾਂਜੀ। ਇਹ ਬੇਟੇ ਬੇਟਾ ਆਪਣਾ ਹੈ ਬੇਟਾ, ਇਹਦਾ ਕੀ ਨਾਮ ਹੈ? ਇਹਦਾ ਨਾਮ ਵੀਰ ਪ੍ਰਤਾਪ ਸਿੰਘ। ਵੀਰ ਪ੍ਰਤਾਪ ਸਿੰਘ, ਹਾਂਜੀ। ਵੀਰ ਪ੍ਰਤਾਪ ਕਿੰਨੀ ਉਮਰ ਹੈ ਬੇਟੇ ਆਪਣੀ? 8 ਸਾਲ। 8 ਸਾਲ ਦਾ ਬੇਟੇ ਤੂੰ? ਅੱਛਾ, ਕਿਹੜੇ ਕਿਹੜੇ ਕਲਾਸ 'ਚ ਪੜ੍ਹਦਾ ਹੁਣ ਤੂੰ? ਸੈਕਿੰਡ 'ਚ ਹੋ ਗਿਆ। ਅੱਛਾ, ਮੈਨੂੰ ਇੱਕ ਗੱਲ ਦੱਸ, ਤੈਂ ਵੱਡੇ ਹੋ ਕੇ ਕੀ ਬਣਨਾ ਫਿਰ? ਵਕੀਲ ਬਣਨਾ। ਵਕੀਲ ਬਣਨਾ ਤੈਂ? ਵਕੀਲ ਬਣੇਗਾ ਫਿਰ, ਵਧੀਆ ਵਕੀਲ ਬਣੇਗਾ ਵੱਡਾ ਹੋ ਕੇ। ਲੋਕ ਜਿਹੜੇ ਗਰੀਬ ਲੋਕ ਨੇ ਜਿਹੜੇ ਇੱਥੇ ਵਿਚਾਰੇ, ਜਿਨ੍ਹਾਂ ਨਾਲ ਧੱਕਾ ਹੁੰਦਾ, ਫਿਰ ਉਹਨਾਂ ਦੀ ਮਦਦ ਕਰਿਆ ਕਰੇਗਾ, ਲੜਿਆ ਕਰੇਗਾ ਉਹਨਾਂ ਵਾਸਤੇ ਹੈਂ? ਅੱਛਾ, ਕਿਹੜੀ ਕਿਹੜੀ ਹੁਣ ਕਿਹੜੇ ਸਕੂਲ ਕਿਹੜੇ ਦੇ ਵਿੱਚ ਆ ਪੁੱਤ? ਸੁਮਿਤਰਾ। ਸੁਮਿਤਰਾ। ਅੱਛਾ ਭੈਣੇ, ਜਿਵੇਂ ਘਰ ਦਾ ਗੁਜ਼ਾਰਾ ਵੀ ਮੈਂ ਤਾਂ ਹੁਣ ਅੰਦਾਜ਼ਾ ਹੀ ਲਾ ਸਕਦਾ ਵੀ ਕਿਸ ਤਰੀਕੇ ਨਾਲ ਚੱਲਦਾ ਹੋਊਗਾ, ਇਹ ਇਹ ਦੁਕਾਨ ਵੀ ਹੁਣ ਕਿਰਾਏ 'ਤੇ ਹੋਊਗੀ, ਇਹਦਾ ਕਿੰਨਾ ਕਿਰਾਇਆ? 1400 ਰੁਪਈਆ। 1400 ਇਹਦਾ, 3000 ਘਰ ਦਾ, ਮਤਲਬ ਕਿ ਉਹੀ ਮੈਂ ਕਹਿ ਸਕਦਾ ਵੀ 4400 ਤਾਂ ਟੋਟਲ ਇੱਥੇ ਨਿਕਲ ਗਿਆ ਤੁਹਾਡਾ। ਕੱਪੜੇ ਵੀ ਧੋਨੇ ਆ ਨਾ ਘਰੇ। ਅੱਛਾ, ਕੱਪੜੇ ਵੀ ਧੋਨੇ ਆ ਘਰੇ। ਹਾਂਜੀ ਹਾਂਜੀ ਹਾਂਜੀ। ਮਹੀਨੇ ਦੇ ਵਿੱਚ ਭੈਣੇ ਉੱਕਾ ਪੁੱਕਾ ਕਿੰਨਾ ਕੁ ਬਣ ਜਾਂਦਾ? ਵੀਰ ਜੀ ਬਸ ਕਿਰਾਇਆ ਕੱਢ ਲੈਂਦੇ ਹਾਂ ਮਾੜਾ ਮੋਟਾ, ਜਾਂ ਕਿਤੇ ਉਧਾਰ ਸੁਧਾਰ ਫੜ ਕੇ ਵੀ ਫਿਰ ਤਾਰ ਦੀਦਾ ਹੁੰਦਾ, ਕਿ ਕਿਰਾਇਆ ਕਿਰੂਆ ਪੂਰਾ ਕਰ ਦਿੰਦੇ ਹਾਂ। ਇੱਥੇ ਹੁਣ ਕਿੰਨਾ ਟਾਈਮ ਹੋ ਗਿਆ ਦੁਕਾਨ ਖੋਲ੍ਹੀ? ਇੱਥੇ ਆਪਾਂ 6-7 ਮਹੀਨੇ ਹੋ ਗਏ। 6-7 ਮਹੀਨੇ ਹੋ ਗਏ। 6-7 ਮਹੀਨੇ। ਬਹੁਤ ਇੱਧਰ ਹੀ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਸੀਂ ਸਮਾਨ ਦਿਖਾਓ, ਇੱਧਰ ਸਾਰਾ ਸਮਾਨ ਜਿਹੜਾ ਆ ਕਿਚਨ ਦਾ ਆ ਪਿਆ ਹੋਇਆ ਆ, ਭਾਂਡੇ ਪਏ ਨੇ ਇੱਥੇ ਸਾਰਾ, ਜਿਹੜਾ ਦਾਲ ਫੁਲਕਾ ਬਣਾਉਣ ਵਾਸਤੇ ਜਿੰਨਾ ਵੀ ਸਮਾਨ ਦੀ ਲੋੜ ਹੁੰਦੀ ਆ, ਥੋੜ੍ਹਾ ਬਹੁਤ ਸਮਾਨ ਜਿੰਨਾ ਕੁ ਅਫੋਰਡ ਕਰ ਸਕਦੇ ਨੇ ਉਨਾ ਕੁ ਜ਼ਰੂਰ ਰੱਖਿਆ ਹੋਇਆ। ਭੈਣੇ ਇੱਕ ਵਾਰ ਨਾ ਮੈਂ ਚੰਡੀਗੜ੍ਹ ਜਾਂਦਾ ਸੀਗਾ, ਚੰਡੀਗੜ੍ਹ ਦੇ ਵਿੱਚ ਤਾਂ ਬਹੁਤ ਨੇ ਲੋਕ ਮੜੇ ਜੇ ਅਪਾਹਿਜ ਹੋਣ ਵੀ ਨਾ ਤਾਂ ਬਾਂਹ ਪਿੱਛੇ ਨੂੰ ਲੁਕੋ ਕੇ ਮੰਗਣ ਲੱਗ ਜਾਂਦੇ ਨੇ, ਕਦੇ ਜ਼ਿੰਦਗੀ ਦੇ ਵਿੱਚ ਆਏ ਨਹੀਂ ਹੋਇਆ ਵੀ ਯਾਰ ਚਲੋ ਹੁਣ ਕਿਸੇ ਤੋਂ ਮੰਗ ਕੇ ਖਾ ਲੈਣੇ? ਨਹੀਂ ਵੀਰ ਜੀ, ਹਿੰਮਤ ਕਦੇ ਨਹੀਂ ਆ ਰਹੀ ਹੈਗੀ, ਮਿਹਨਤ ਕਰਕੇ ਖਾਂਦੇ ਹਾਂ ਆਪਣੀ ਪਹਿਲਾਂ ਤੋਂ, ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ ਹੈਗਾ ਵੀ। ਬੱਚੇ ਦੇ ਬਹੁਤ ਵੱਡੇ ਸੁਪਨੇ ਨੇ ਵਕੀਲ ਬਣਨਾ, ਕਹਿੰਦਾ ਜੀ ਹਾਂਜੀ ਵੀਰ ਜੀ, ਇਹ ਤਾਂ ਬਹੁਤ ਕਹਿੰਦਾ ਹੈ, ਕਹਿੰਦਾ ਵੱਡਾ ਹੋ ਕੇ ਮੰਮਾ ਮੈਂ ਸਭ ਦੀ ਮਦਦ ਕਰੂੰਗਾ। ਸਭ ਦੀ ਮਦਦ? ਹਾਂਜੀ ਹਾਂਜੀ ਵੀਰ ਜੀ, ਕਹਿੰਦਾ ਸਭ ਦੀ ਮਦਦ ਕਰੂੰਗਾ। ਇਹ ਤਾਂ ਮੈਨੂੰ ਖੁਦ ਕਹਿੰਦਾ ਵੀਰ ਜੀ, ਕਹਿੰਦਾ ਮੰਮਾ ਮੈਨੂੰ ਵੱਡਾ ਹੋ ਲੈਂਦੇ, ਮੈਂ ਤੁਹਾਨੂੰ ਕੰਮ ਨਹੀਂ ਕਰਨ ਦੇਣਾ। ਅੱਛਾ, ਹਾਂਜੀ ਹਾਂਜੀ। ਇਹ ਫਿਰ ਦੇਖ ਰਿਹਾ ਵੀ ਜੋ ਕੁਛ ਇਹਦੇ ਨਾਲ ਹੋ ਰਿਹਾ। ਅੱਛਾ, ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛੂੰਗਾ, ਆਪਸ ਦੇ ਵਿੱਚ ਕਈ ਵਾਰ ਨੋਕ ਝੋਕ ਹੋ ਜਾਂਦੀ ਹੁੰਦੀ ਆ ਪਤੀ ਪਤਨੀ ਦੇ, ਤਾਂ ਨੋਰਮਲ ਜੀ ਗੱਲ ਹੈ ਕਈ ਵਾਰ, ਪਰ ਇੱਕ ਚੀਜ਼ ਦਿਲ 'ਤੇ ਹੱਥ ਰੱਖ ਕੇ ਜ਼ਰੂਰ ਦੱਸਿਓ, ਕਿੰਨਾ ਕੁ ਖੁਸ਼ ਹੋ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਪਾ ਕੇ? ਬਹੁਤ ਖੁਸ਼ ਹਾਂ ਵੀਰ ਜੀ, ਮੈਨੂੰ ਸਾਰਾ ਕੁਛ ਮਿਲ ਗਿਆ, ਮੈਨੂੰ ਰੱਬ ਨੇ ਕਿਸੇ ਚੀਜ਼ ਦੀ ਕਮੀ ਨਹੀਂ, ਬੇਟਾ ਮਿਲ ਗਿਆ ਮੈਨੂੰ, ਫਿਰ ਘਰ ਵਾਲੇ ਨੂੰ ਤੁਹਾਨੂੰ ਕੁਛ ਨਹੀਂ। ਰਿਸ਼ਤੇ ਭੈਣੇ ਤੁਹਾਡੇ ਰਿਸ਼ਤੇਦਾਰਾਂ ਵੱਲੋਂ ਨਹੀਂ ਕੋਈ ਆਇਆ? ਨਹੀਂ ਵੀਰ ਜੀ, ਬਿਲਕੁਲ ਨਹੀਂ, ਕੋਈ ਨਹੀਂ ਆਉਂਦਾ ਹੈਗਾ, ਕੋਈ ਨਾ ਮੰਮੀ ਨਾ ਪਾਪਾ, ਕੋਈ ਨਹੀਂ ਆਉਂਦਾ ਹੈਗਾ। ਮੇਰੀ ਦੁਕਾਨ 6-7 ਮਹੀਨੇ ਹੋ ਗਏ, ਉਹ ਦੇਖਣ ਨਹੀਂ ਆਏ ਹੈਗੇ, ਨਾ ਭਾਈ ਹੈਗੇ ਨੇ 3, ਉਹ ਵੀ ਨਹੀਂ ਕਦੇ ਆਉਂਦੇ ਵੀਰੇ। ਕੀ ਗੱਲ, ਕੋਈ ਆਪਸੀ ਵਿੱਚ ਰੋਸੇ? ਵੀਰ ਜੀ ਕੋਈ ਰੋਸਾ ਨਹੀਂ ਹੈਗਾ, ਬਸ ਸਾਰਿਆਂ ਨੂੰ ਇੱਦਾਂ ਹੈ ਵੀ ਕਦੇ ਕੁਛ ਮੰਗ ਨਾ ਲੈਣਾ। ਮੇਰਾ ਵੀ ਹੁਣ ਮਨ ਥੋੜ੍ਹਾ ਜਿਹਾ ਭਾਵੁਕ ਹੋ ਰਿਹਾ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ, ਰਿਸ਼ਤੇਦਾਰ ਇੱਕ ਥੰਮ ਹੁੰਦੇ ਨੇ, ਰਿਸ਼ਤੇਦਾਰ ਇੱਕ ਐਸਾ ਰੋਲ ਅਦਾ ਕਰਦੇ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿ ਜਦ ਕਦੇ ਕਿਸੇ ਨੂੰ ਔਕੜਾਂ ਆਉਂਦੀਆਂ ਨੇ ਨਾ, ਪਿੱਠ 'ਤੇ ਹੱਥ ਮਾਰ ਕੇ ਕਹਿੰਦੇ ਨੇ ਕੋਈ ਨਾ ਸ਼ੇਰਾ ਤੇਰੇ ਨਾਲ ਖੜ੍ਹੇ। ਪਰ ਉਹੀ ਰਿਸ਼ਤੇਦਾਰ ਅੱਜ ਦੇ ਜ਼ਮਾਨੇ ਦੇ ਵਿੱਚ ਕਈ ਵਾਰ ਐਡੇ ਤਗੜੇ ਸ਼ਰੀਕ ਬਣ ਜਾਂਦੇ ਨੇ ਕਿ ਪੁੱਛਦੇ ਵੀ ਨਹੀਂ, ਹਾਲ ਚਾਲ ਵੀ ਨਹੀਂ ਪੁੱਛਦੇ। ਤੁਸੀਂ ਭੈਣ ਦੇ ਹੰਝੂ ਸਾਫ਼ ਦੱਸ ਰਹੇ ਨੇ ਵੀ ਕਿਸ ਕਿਸ ਗਰੀਬੀ ਦੇ ਵਿੱਚ, ਕਿਸ ਕਿਸ ਹਾਲ ਦੇ ਵਿੱਚ ਇਹ ਜੀ ਰਹੇ ਨੇ।
1400 इस दुकान का किराया, 3000 घर का किराया, 4400 कुल हो गया। उस तो बाद रोटी का काम करते हैं थोड़ा बहुत, रोटी जिनी तुसी किन्नी किन्ना सोच सकते होंगे भी किन्ना किन्ना ने कोई मैल नहीं पाने, इन्हों सिर्फ यही है कि किसी तरीके दे नाल रात की रोटी का गुजारा हो जाए, साढ़े बच्चे दे सुपने पूरे हो जाए। वकील बनना, वकील बनना चाहता है, वकील बन जाए। अच्छा वीरे, बहुत लंबा समा हो गया, कोई हुण तक सरकारा दरबारा कोई मदद करन वास्ते नहीं आया? नहीं नहीं वीर जी, कोई नहीं आया है। गुजारा चल जाता है? ਉਹੀ ਤੁਹਾਨੂੰ ਦੱਸਿਆ, ਫੜ ਤੇੜ ਕੇ ਕਿਸੇ ਤੋਂ ਵੀ ਮਾੜੀ ਮੋਟੀ ਇੱਧਰ ਉੱਧਰ ਗੁਜ਼ਾਰਾ ਕਰਦੇ ਹਾਂ ਜੀ। ਵੀਰੇ ਤੁਸੀਂ ਨਾ ਆਪਣਾ ਨੰਬਰ ਜ਼ਰੂਰ ਦੱਸ ਦਿਓ, ਭੈਣੇ ਤੁਸੀਂ ਨੰਬਰ ਦੱਸ ਦਿਓ ਮੈਨੂੰ ਜ਼ਰੂਰ, ਕਿਉਂਕਿ ਜਿਹੜੇ ਦਰਸ਼ਕ ਦੇਖ ਰਹੇ ਹੋਣਗੇ ਖਾਸ ਕਰਕੇ, ਮੇਰਾ ਇੱਕ ਕੋਸ਼ਿਸ਼ ਹੈ ਕਿ ਉਹਨਾਂ ਸਮਾਜ ਦੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਈਏ, ਆਪਾਂ ਹੋਰ ਬਹੁਤ ਚੀਜ਼ਾਂ ਨੂੰ ਸਾਹਮਣੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੰਦੇ ਹਾਂ ਯਾਰ, ਜਿਨ੍ਹਾਂ ਨੂੰ ਅਸਲ ਦੇ ਵਿੱਚ ਲੋੜ ਹੈ ਇਹਨਾਂ ਨੂੰ ਉਹਨੂੰ ਵਾਇਰਲ ਕਰਿਆ ਕਰੋ। ਸੋਸ਼ਲ ਮੀਡੀਆ ਇੱਕ ਐਸੀ ਪਾਵਰ ਹੈ, ਜੇ ਆਈ ਤਾਂ ਆ ਜਾਏ ਤਾਂ ਤਖਤਾ ਪਲਟ ਦਿੰਦੀ ਹੈ। ਭੈਣੇ ਤੁਸੀਂ ਆਪਣਾ ਨੰਬਰ ਜ਼ਰੂਰ ਦੱਸਿਓ। 9876 73900 ਤੁਹਾਡੀ ਸਕਰੀਨ 'ਤੇ ਵੀ ਦਰਸ਼ਕੋ ਫਲੈਸ਼ ਹੋ ਰਿਹਾ ਹੋਊਗਾ ਨੰਬਰ, ਇਹ ਭੈਣ ਉਹਨਾਂ ਦਾ ਨੰਬਰ ਹੈ। ਤੁਸੀਂ ਇਹਨਾਂ ਨੂੰ, ਇਹ ਖੰਨਾ ਸ਼ਹਿਰ ਦੇ ਵਿੱਚ ਰਹਿੰਦੇ ਨੇ, ਖੰਨਾ ਸ਼ਹਿਰ ਦੇ ਵਸਨੀਕ ਨੇ, ਪਿਛਲੇ 12 ਸਾਲ ਤੋਂ ਰਹਿ ਰਹੇ ਨੇ, ਪਿੱਛੋਂ ਅੰਮ੍ਰਿਤਸਰ ਤੋਂ ਆਏ ਸੀ, ਇੱਥੇ ਵੀ ਕਿਰਾਏ 'ਤੇ ਰਹਿੰਦੇ ਨੇ, ਕਿਰਾਏ 'ਤੇ ਹੀ ਦੁਕਾਨ ਹੈ। ਕੀ ਗੁਜ਼ਾਰਾ ਹੋਊਗਾ ਤੁਸੀਂ ਦੇਖ ਸਕਦੇ ਹੋ, ਇੱਥੇ ਕਿਸ ਤਰੀਕੇ ਦੇ ਨਾਲ ਕਰ ਰਹੇ ਹੋਣਗੇ। ਅੱਛਾ 12 ਸਾਲ ਹੋ ਗਏ ਭੈਣੇ, ਕੋਈ ਵੀ ਨਹੀਂ ਆਇਆ ਹੁਣ ਤੱਕ ਅੱਗੇ? ਨਹੀਂ ਨਹੀਂ ਵੀਰ ਜੀ, ਕੋਈ ਨਹੀਂ ਆਉਂਦਾ ਹੈਗਾ। ਹਾਲ ਚਾਲ ਦੂਰੋਂ ਪੁੱਛ ਲੈਣਗੇ, ਫੋਨ ਕਰ ਲੈਣਗੇ, ਕਿਵੇਂ ਹੋ, ਠੀਕ ਹੋ, ਹਾਂਜੀ ਠੀਕ ਠਾਕ, ਪਰ ਕਦੇ ਕਿਸੇ ਨੇ ਐਂ ਨਹੀਂ ਪੁੱਛਿਆ ਵੀ ਕਿੱਦਾਂ ਤੁਸੀਂ, ਕਿੱਦਾਂ ਰਹਿੰਦੇ ਹੋ, ਕਿੱਦਾਂ ਨਹੀਂ। ਇੱਥੇ ਕਦੇ ਨਹੀਂ ਵੀਰੇ, ਸ਼ੌਂਕ ਬਹੁਤ ਹੁੰਦੇ ਨੇ ਵੀਰੇ ਜ਼ਿੰਦਗੀ ਦੇ ਵਿੱਚ, ਕਹਿੰਦੇ ਜ਼ਿੰਦਗੀ ਦਾ ਇੱਕ ਮਿਲੀ ਹੈ, ਕਹਿੰਦਾ ਆਪਾਂ ਤਾਂ ਜ਼ਿੰਦਗੀ ਦੇ ਵਿੱਚ ਸ਼ੌਂਕ ਪਵਾਉਣੇ ਨੇ, ਤੁਸੀਂ ਇਕੱਠੇ ਹੋਏ ਹੋ, ਕਦੇ ਐਂ ਨਹੀਂ ਹੋਇਆ ਵੀ ਭਾਈ ਮੈਨੂੰ ਸੂਟ ਲਿਆ ਕੇ ਦਿੱਤਾ ਨਹੀਂ, ਤੁਸੀਂ ਸੂਟ ਲਿਆ ਕੇ ਦਿਓ, ਕਦੇ ਆਪਸ ਦੇ ਵਿੱਚ ਐਂ ਲੜੇ ਹੋ ਤੁਸੀਂ? ਨਹੀਂ ਵੀਰੇ, ਨਹੀਂ ਨਾ ਹੀ ਕਦੇ ਇਹਨਾਂ ਨੇ ਮੰਗਿਆ ਪਸੰਦ, ਇਹਨਾਂ ਨੂੰ ਪਤਾ ਹੀ ਆ ਵੀਰੇ ਆਪਣੀ, ਹਾਂਜੀ ਸਾਰਾ ਕੁਛ ਪਤਾ ਵੀ ਕਿਵੇਂ ਗੁਜ਼ਾਰਾ ਹੁੰਦਾ ਕਿਵੇਂ ਨਹੀਂ, ਕਦੇ ਇਹਨਾਂ ਨੇ ਕੁਛ ਨਹੀਂ ਮੰਗਿਆ ਮੇਰੇ ਤੋਂ। ਵਧੀਆ ਖੁਸ਼ ਹਾਂ ਮੈਂ ਵੀ, ਚਲੋ ਪਤਾ ਹੀ ਆ ਮੇਰੀਆਂ ਵੀ ਰੀਝਾਂ ਨੇ, ਮੈਨੂੰ ਵੀ ਹੁੰਦਾ ਮੈਂ ਕੁਛ ਲਿਆ ਕੇ ਦੇਵਾਂ ਵੀਰੇ, ਹੁਣ ਹੈ ਹੀ ਨਹੀਂ ਕੁਛ, ਕੀ ਕਰੀਏ। ਭੈਣੇ ਤੁਹਾਡਾ ਨਹੀਂ ਮਨ ਕਰਦਾ ਕਦੇ ਵੀ ਕੋਈ ਮੰਗਾਂ ਮੈਂ ਇਹਨਾਂ ਤੋਂ, ਕਦੇ ਡਿਮਾਂਡ ਕਰਾਂ ਕੁਛ? ਮੈਨੂੰ ਕੁਛ ਨਹੀਂ ਚਾਹੀਦਾ ਵੀਰ ਜੀ, ਬਸ ਆਪਸ ਵਿੱਚ ਅਸੀਂ ਖੁਸ਼ ਰਹੀਏ ਬਸ। ਤੁਹਾਡੀ ਨੰਬਰ ਟੀਵੀ ਸਕਰੀਨਸ 'ਤੇ ਇੱਕ ਵਾਰ ਦੁਬਾਰਾ ਫਲੈਸ਼ ਕਰਾ ਰਿਹਾ ਮੈਂ, ਮੈਂ ਬਾਈ ਨੂੰ ਵੀ ਜ਼ਰੂਰ ਰਿਕੁਐਸਟ ਕਰੂੰਗਾ ਕਿ ਆਹ ਚੀਜ਼ ਜਿਹੜੀ ਹਾਈਲਾਈਟ ਦੇ ਵਿੱਚ ਜ਼ਰੂਰ ਕੱਟ ਕੇ ਲਗਾ ਦਿਓ। ਇਹ ਉਹ ਪਰਿਵਾਰ ਹੈ ਜਿਹੜਾ ਹੁਣ ਤੱਕ 12 ਸਾਲ ਹੋ ਗਏ ਗੁਜ਼ਾਰਾ ਕਰਦਾ ਆ ਰਿਹਾ। ਹਾਲਤ ਵੇਖੋ ਤੁਸੀਂ, ਆਹ ਦੁਕਾਨ ਦੀ ਪਿੱਛੇ ਸਮਾਨ ਕੀ ਕੁਛ ਪਿਆ, ਕਿੰਨਾ ਕੁ ਸਮਾਨ ਪਿਆ, ਇਹਨਾਂ ਨੇ ਕਿੰਨੇ ਕੁ ਮਹਿਲ ਬਣਾ ਲੈਣੇ ਨੇ ਯਾਰ। ਬਸ ਇਹਨਾਂ ਨੂੰ ਇੱਕ ਚੀਜ਼ ਹੈ, ਦੋਨੇ ਬਾਈ ਹੁਣੀ ਵੀਰਾ ਅਤੇ ਭੈਣ ਹੈਂਡੀਕੈਪ ਨੇ, ਆਹ ਬੇਟਾ ਇਹਨਾਂ ਦਾ ਵੀਰ ਸੀ, ਇਹ ਬਸ ਇਸ ਕਰਕੇ ਗੁਜ਼ਾਰਾ ਕਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਰੋਟੀ ਫੁਲਕਾ ਚੱਲਦਾ ਹੋ ਜਾਵੇ। 1400 ਦੁਕਾਨ ਦਾ ਕਿਰਾਇਆ, 3000 ਮਕਾਨ ਦਾ ਕਿਰਾਇਆ, ਅਤੇ 1400 ਹੀ ਪੈਨਸ਼ਨ ਆਉਂਦੀ ਹੈ, 1400-1500 ਜਿਹੜੀ ਪੈਨਸ਼ਨ ਆਉਂਦੀ ਹੈ, 750 ਇਹਨਾਂ ਨੂੰ, 750 ਇਹਨਾਂ ਨੂੰ। ਪਰ ਅੱਜ ਦੇ ਸਮਾਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਗੁਜ਼ਾਰਾ ਕਰ ਰਹੇ ਹੋਣਗੇ। ਤੁਹਾਡੀ ਟੀਵੀ ਸਕਰੀਨਸ 'ਤੇ ਨੰਬਰ ਫਲੈਸ਼ ਹੋ ਰਹੇ ਹੋਣਗੇ, ਉਮੀਦ ਕਰਦਾ ਸਰਕਾਰੀ ਦਰਬਾਰੇ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ, ਕਿਉਂਕਿ ਇਹਨਾਂ ਤੋਂ ਆਪਾਂ ਅਕਸਰ ਵੋਟਾਂ ਲੈ ਲੈਂਦੇ ਹਾਂ, ਪਰ ਸਮਾਜ ਨੂੰ ਦੇ ਕੀ ਰਹੇ ਹਾਂ ਉਹ ਬਹੁਤ ਵੱਡਾ ਸਵਾਲ ਹੈ। NRI ਵੀਰ ਬਹੁਤ ਵੱਡੇ ਦਿਲ ਹੁੰਦੇ ਨੇ, ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ, ਕਾਫੀ ਵੀਡੀਓਜ਼ ਤੋਂ ਬਾਅਦ ਕਾਫੀ ਲੋਕਾਂ ਦੀ ਮਦਦ ਵੀ ਹੋਈ ਹੈ, ਪਰ ਮੈਂ ਚਾਹੁੰਦਾ ਦਿਲ 'ਤੇ ਹੱਥ ਰੱਖ ਕੇ ਕਹਿਣਾ ਕਿ ਇਹਨਾਂ ਨੂੰ ਬਣਦੀ ਮਦਦ ਜ਼ਰੂਰ ਭੇਜੋ। ਆਪਾਂ ਅਕਸਰ ਲੋਕਾਂ ਦਾਨੀ ਸੱਜਣਾਂ ਨੂੰ ਦਾਨ ਕਰਦੇ ਹਾਂ, ਪਰ ਜਿਹੜੇ ਅਸਲ ਦੇ ਵਿੱਚ ਲੋੜਵੰਦ ਨੇ ਯਾਰ, ਇਹ ਕਦੇ ਮੰਗ ਕੇ ਨਹੀਂ ਖਾ ਰਹੇ, ਮੰਗ ਕੇ ਖਾਣ ਦਾ ਭੈਣੇ, ਮੰਗ ਕੇ ਖਾਣ ਦਾ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਵੀ ਕਦੇ ਲੈਟਰ 'ਤੇ ਖੜ ਜਾ? ਨਹੀਂ ਨਹੀਂ ਵੀਰ ਜੀ, ਕਦੇ ਵੀ ਨਹੀਂ ਅਸੀਂ ਸੋਚਿਆ, ਆਪਣੇ ਪਰਮਾਤਮਾ ਤੋਂ ਹੀ ਮੰਗਦੇ, ਸੱਚੇ ਪਾਤਸ਼ਾਹ ਆਪਣੀ ਮਿਹਨਤ ਕਰਕੇ ਖਾ ਲਈਏ, ਕਿਸੇ ਦੇ ਅੱਗੇ ਹੱਥ ਨਾ ਹੱਟੀਏ ਵੀਰ ਜੀ। ਬਹੁਤ ਵੱਡਾ ਉਦਾਹਰਣ ਨੇ, ਸ਼ੁਰੂਆਤ ਦੇ ਵਿੱਚ ਜਿਵੇਂ ਕਰਕੇ ਮੈਂ ਕਹਿ ਰਿਹਾ ਸੀਗਾ, ਲਹਿਰੋਂ ਸੇ ਡਰ ਕਰ ਨੌਕਾ ਪਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ। ਇਹ ਸੱਚ ਨੇ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਨਿਰਾਸ਼ ਨਾ ਹੋ ਆਪਣੇ ਆਪ ਤੋਂ, ਚਾਹੇ ਜਿੰਨੀਆਂ ਵੀ ਔਕੜਾਂ ਆ ਜਾਣ,
बंदा दिल से हथ रख के एक बार कहते थ्री इडियट्स का डायलॉग आ कि ऑल इज़ वैल, वो सच विच की गल है। तुसी असल दे विच कदे चीज़ अपना के देखियो कि एक बार अपने दिल नू कह के देखो, कोई ना मना दिन चंगे भी आउणगे। उम्मीद करदे आ वीडियो नू वध तों वध शेयर करोगे, लोड़वंद परिवार नू सहायता की लोड़ है, खन्ने दे वसनीक ने। तुसी प्लीज़ इस चीज़ नू, इस वीडियो नू वध तों वध शेयर करो ताकि वध तों वध लोकां तक ये वीडियो पहुँचे, तां जो कोई परिवार, कोई रब्बी रूह, कोई NGO वाले इन्हां दी सहायता दे लई अगे आउण। खन्ना शहर दे विच खड़े आ, नंबर भी तुहानू दे दित्ता आ, तुसी नंबर दुबारा भी तुसी देख सकते हो TV स्क्रीनज़ उत्ते। वीडियो नू वध तों वध शेयर कर दिओ, होर इहो जिहियां वीडियोज़ लोड़वंद परिवार तुहाडे तक समय समय सिर तुहानू उहनां नू अगे लैके आउंदे रहांगे, तुहाडे तक पहुँचाउंदे रहांगे उहनां दा सुनेहा। तद तक लई मैनू यानी कि गुरप्रीत सिंह वल्लों दिओ इजाज़त, ते वेखदे रहो पंजाब न्यूज़। धन्नवाद।